ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਕਲਾਸ 12th ਦੇ ਲਈ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ ਸਰੀਰਕ ਸਿੱਖਿਆ ਤੇ ਖੇਡਾਂ ਦੇ ਜਿਹੜੇ ਕੀ ਚੈਪਟਰਸ ਕਰ ਰਹੇ ਹਾਂ ਤੇ ਇਸ ਵੀਡੀਓ ਦੇ ਵਿੱਚ ਆਪਾਂ ਚੈਪਟਰ ਨੰਬਰ 5th ਕਰ ਰਹੇ ਹਾਂ ਇਸ ਤੋਂ ਪਹਿਲਾਂ ਆਲਰੇਡੀ ਆਪਾਂ ਚੈਪਟਰ 4 ਜਿਹੜੇ ਕੀ ਸ਼ੇਅਰ ਕਰ ਚੁੱਕੇ ਹਾਂ ਤੁਹਾਡੇ ਨਾਲ ਜਿਨ੍ਹਾਂ ਦੇ ਵਿੱਚ ਆਪਾਂ ਨੇ 1 ਮਾਰਕਸ ਵਾਲੇ ਠੀਕ ਹੈ ਜਿੰਨੇ ਵੀ ਇੰਪੋਰਟੈਂਟ ਕੁਐਸ਼ਨਸ ਬਣਦੇ ਨੇ ਤੇ ਟੈਕਸਟ ਬੁੱਕ ਵਾਲੇ ਤਾਂ ਹੈਗੇ ਹੈਗੇ ਨੇ 2 ਮਾਰਕਸ ਵਾਲੇ 3 ਮਾਰਕਸ ਵਾਲੇ ਤੇ 5 ਮਾਰਕ ਇਹ ਸਾਰੇ ਤਰ੍ਹਾਂ ਦੇ ਆਪਣੇ ਕੁਐਸਚਨਸ ਕਰੇ ਨੇ ਸੋ ਚੈਪਟਰ ਵਾਈਜ਼ ਵੀਡੀਓਜ਼ ਅਪਲੋਡ ਕੀਤੀਆਂ ਨੇ ਤਾਂ ਕਿ ਜਿਹੜੇ ਕਿ ਤੁਸੀਂ ਸਾਰੇ ਕੁਐਸਚਨਸ ਦੇ ਜਿਹੜੇ ਕਿ ਤੁਹਾਨੂੰ ਗੋ ਥਰੋ ਹੋ ਜਾਣ ਸੋ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਜ਼ਰੂਰ ਕਰਨਾ ਤੇ ਪਿਛਲੇ ਜਿਹੜੇ ਕਿ ਚੈਪਟਰਸ ਨੇ ਉਹਨਾਂ ਨੂੰ ਜ਼ਰੂਰ ਵਾਚ ਕਰਨਾ ਕਿਉਂਕਿ ਅਗਰ ਤੁਸੀਂ ਪਿਛਲੇ ਚੈਪਟਰ ਵਾਚ ਕਰੋਗੇ ਟੋਟਲੀ 6 ਹੀ ਚੈਪਟਰਸ ਨੇ ਤਾਂ ਹੀ ਤੁਹਾਡੀ ਜਿਹੜੀ ਕਿ ਵਧੀਆ ਤਿਆਰੀ ਹੋਊਗੀ ਸੋ ਇਸ ਦੇ ਵਿੱਚ ਹੁਣ ਆਪਾਂ 5th ਚੈਪਟਰ ਕਰ ਰਹੇ ਹਾਂ ਤੇ ਇਹਨਾਂ ਦੀ ਪਲੇਲਿਸਟ ਬਣਾਈ ਹੋਈ ਆ 12th ਕਲਾਸ ਰਿਕ ਸਿੱਖਿਆ ਤਿੱਕਾ ਤੁਸੀਂ ਉੱਥੋਂ ਵਿਜ਼ਿਟ ਕਰਕੇ ਆਪਣੇ ਦੇਖ ਸਕਦੇ ਹੋ ਹੁਣ ਅਸਮਰਥਾ ਡਿਸੇਬਿਲਟੀ ਪਹਿਲਾਂ ਤਾਂ ਡਿਸੇਬਿਲਟੀ ਹੁੰਦੀ ਕੀ ਹੈ ਤਾਂ ਇਹ ਕੀ ਹੁੰਦੀ ਹੈ ਵੀ ਕੋਈ ਫਿਜ਼ੀਕਲੀ ਸਰੀਰਕ ਤੇ ਮਾਨਸਿਕ ਮੈਂਟਲੀ ਜਿਹੜੇ ਕਿ ਆਪਣੇ ਕਮੀਆਂ ਪਾਈਆਂ ਜਾਂਦੀਆਂ ਨੇ ਕਿਸੇ 'ਚ ਵੀ ਜਿਵੇਂ ਸੁਣਨ 'ਚ ਪ੍ਰੋਬਲਮ ਹੋਵੇ ਬੋਲਣ 'ਚ ਚੱਲਣ ਫਿਰਨ 'ਚ ਤੁਰਨ ਤੋਂ ਠੀਕਾ ਹੈਂਡੀਕੈਪਡ ਹੋਵੇ ਇਹ ਸਾਰੀਆਂ ਜਿਨ੍ਹਾਂ ਨਾਲ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਮੁਸ਼ਕਲ ਆਉਂਦੀਆਂ ਨੇ ਇਹ ਜਿਹੜੇ ਸਾਰੇ ਉਨਤਾਈਆਂ ਹੁੰਦੀਆਂ ਨੇ ਇਹ ਸਾਰੇ ਜਿਹੜੇ ਸਰੀਰ ਦੇ ਵਿੱਚ ਕਮੀਆਂ ਪਾਈਆਂ ਜਾਂਦੀਆਂ ਨੇ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ ਡਿਸੇਬਿਲਟੀ ਉਹਨਾਂ ਨੂੰ ਆਪਾਂ ਕਹਿੰਦੇ ਆ ਅਸਮਰੱਥਾ ਤੇ ਅਸਮਰੱਥਾ ਦੀ ਇਹ ਤੁਸੀਂ ਪਰਿਭਾਸ਼ਾ ਵੀ ਰੀਡ ਕਰਨੀ ਕਿਉਂਕਿ ਕਈ ਵਾਰ ਐ ਐਮਸੀਕਿਊਜ਼ ਦੇ ਵਿੱਚ ਹੀ ਬਣ ਕੇ ਆ ਜਾਂਦੀ ਹੁੰਦੀ ਹੈ ਵੀ ਇਹ ਕਿਸ ਦੀ ਪਰਿਭਾਸ਼ਾ ਜਾਂ ਪਰਿਭਾਸ਼ਾ ਤੋਂ ਤੁਹਾਨੂੰ ਸ਼ਾਰਟ ਕੁਐਸਚਨਸ ਵੀ ਪੁੱਛਿਆ ਜਾ ਸਕਦਾ ਹੈ ਅਸਮਰੱਥਾ ਕਿਸੇ ਕੰਮ ਨੂੰ ਨਾ ਕਰਨ ਦੀ ਯੋਗਤਾ ਮਤਲਬ ਕਿ ਕੋਈ ਆਪਣਾ ਕੰਮ ਹੈ ਉਹਨੂੰ ਆਪਾਂ ਕਰਨ ਦੀ ਆਪਣੇ ਚ ਅਬਿਲਟੀ ਨਹੀਂ ਹੈ ਤੌ ਕੀ ਹੋਗੀ ਅਸਮਰੱਥਾ ਕਿਸੇ ਕੰਮ ਨੂੰ ਨਾ ਕਰਨ ਦੀ ਯੋਗਤਾ ਨੂੰ ਅਸਮਰੱਥਾ ਕਿਹਾ ਜਾਂਦਾ ਭਾਵ ਕਿ ਵਿਅਕਤੀ ਆਪਣੇ ਸਰੀਰਕ ਜਾਂ ਮਾਨਸਿਕ ਖਾਮੀ ਹੋ ਗਿਆ ਕਮੀ ਕਰਕੇ ਕਿਸੇ ਕੰਮ ਨੂੰ ਕਰਨ ਦੇ ਵਿੱਚ ਜਿਹੜੇ ਕਿ ਤੰਦਰੁਸਤ ਨਹੀਂ ਹੁੰਦਾ ਸਮਰੱਥ ਨਹੀਂ ਹੁੰਦਾ ਤਾਂ ਉਹ ਕੀ ਹੁੰਦੀ ਹੈ ਅਸਮਰੱਥਾ ਤਾਂ ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਵਿਅਕਤੀ ਦੁਆਰਾ ਇੱਕ ਸਧਾਰਨ ਹੱਦ ਅੰਦਰ ਸਹੀ ਤਰੀਕੇ ਨਾਲ ਕੰਮ ਕਰਨ ਦੀ ਸਮਰੱਥਾ ਦੀ ਘਾਟ ਜਾਂ ਕਮੀ ਕਿਹਾ ਅਯੋਗਤਾ ਸਮਰੱਥਾ ਕੀ ਹੈ ਸਮਰੱਥਾ ਨੂੰ ਯੋਗਤਾ ਵੀ ਅਯੋਗਤਾ ਵੀ ਕਹਿੰਦੇ ਨੇ ਵਿਅਕਤੀ ਦੁਆਰਾ ਇੱਕ ਸਧਾਰਨ ਹੱਦ ਦੇ ਅੰਦਰ ਸਹੀ ਤਰੀਕੇ ਨਾਲ ਕੰਮ ਕਰਨ ਦੀ ਜਿਹੜੀ ਸਮਰੱਥਾ ਸੀ ਉਹਦੀ ਘਾਟ ਹੋਣਾ ਜਾਂ ਉਹਦੀ ਅਯੋਗਤਾ ਹੋਣਾ ਉਹ ਕੀ ਹੋਗੀ ਸਮਰੱਥਾ ਬਾਕੀ ਤੇ ਐਗਜ਼ਾਮਪਲ ਦੱਤੀ ਹੋਈ ਜਿਵੇਂ ਵੀ ਜਗਵਿੰਦਰ ਸਿੰਘ ਜਿਹੜਾ ਕਿ ਇੱਕ ਪਲੇਅਰ ਹੈ ਉਹਦੇ ਗੋਡੇ ਤੇ ਦਰਦ ਦਾ ਵਿਸ਼ਕਾਰ ਹੋ ਗਿਆ ਤਾਂ ਹਾਕੀ ਵਿੱਚ ਜਿਹੜੇ ਕਿ ਉਹ ਬਹੁਤ ਵਧੀਆ ਖੇਡਦਾ ਸੀ ਬਹੁਤ ਵਧੀਆ ਖੇਡਣ ਦਾ ਉਹ ਸੁਪਨਾ ਸੀ ਉਹ ਟੁੱਟ ਗਿਆ ਕਿਉਂਕਿ ਉਹ ਹਮੇਸ਼ਾ ਲਈ ਖੇਡ ਖੇਡਣ ਤੋਂ ਵਾਂਝਾ ਰਹਿ ਗਿਆ ਤਾਂ ਉਹ ਕੀ ਹੋ ਗਿਆ ਅਸਮਰੱਥਾ ਤੇ ਭਾਰਤੀ ਅੰਗਹੀਨ ਕਾਨੂੰਨ ਦੇ ਅਨੁਸਾਰ ਅੰਗਹੀਨਤਾ ਤੋਂ ਭਾਵ ਹੈ ਨੇਤਰਹੀਨਤਾ ਕੁਸਟ ਰੋਗ ਤੋਂ ਪੀੜਿਤ ਵਿਅਕਤੀ ਬੋਲੇਪਣ ਤੋਂ ਪੀੜਿਤ ਵਿਅਕਤੀ ਚੱਲਣ ਫਿਰਨ ਤੋਂ ਲਾਚਾਰ ਵਿਅਕਤੀ ਨੂੰ ਆਪਾਂ ਕੀ ਕਹਾਂਗੇ ਅਸਮਰੱਥ ਕਹਾਂਗੇ ਤਾਂ ਇੱਕ ਅਸਮਰੱਥ ਵਿਅਕਤੀ ਦੀ ਕੰਮ ਕਰਨ ਦੀ ਯੋਗਤਾ ਸਥਾਈ ਜਾਂ ਅਸਥਾਈ ਹੋ ਸਕਦੀ ਹੈ ਹਾਂਜੀ ਹੁਣ ਆਪਾਂ ਕਰਾਂਗੇ ਕੁਐਸਚਨਸ ਫਰਸਟ ਆਪਣਾ ਕੁਐਸਚਨ ਆ ਅਸਮਰੱਥਾ ਤੋਂ ਕੀ ਭਾਵ ਹੈ ਜੇ ਸਮਰੱਥਾ ਕੀ ਹੈ ਕਿਸੇ ਕੰਮ ਨੂੰ ਨਾ ਕਰਨ ਦੀ ਯੋਗਤਾ ਨੂੰ ਵੀ ਆਪਣਾ ਕੋਈ ਕੰਮ ਹੈ ਉਹਨੂੰ ਆਪਣੇ ਕਰਨ ਦੀ ਯੋਗਤਾ ਨਹੀਂ ਹੈਗੀ ਉਹਨੂੰ ਕੀ ਕਿਹਾ ਜਾਂਦਾ ਅਸਮਰੱਥਾ ਉਹਨੂੰ ਕਿਹਾ ਜਾਂਦਾ ਡਿਸੇਬਿਲਟੀ ਠੀਕ ਹੈ ਭਾਵ ਕਿ ਕੋਈ ਵਿਅਕਤੀ ਸਰੀਰਕ ਜਾਂ ਮਾਨਸਿਕ ਤੌਰ ਤੇ ਤੰਦਰੁਸਤ ਵਿਅਕਤੀ ਦੀ ਤਰ੍ਹਾਂ ਜਿਹੜੇ ਕਿ ਕੋਈ ਕੰਮ ਕਰਨ ਦਾ ਅਸਮਰੱਥਾ ਹੈ ਕੋਈ ਕੰਮ ਕਰਨ ਦੀ ਯੋਗਤਾ ਨਹੀਂ ਹੈਗੀ ਉਹ ਤਾਂ ਉਹ ਕੀ ਹੋ ਗਿਆ ਅਸਮਰੱਥ ਹੋ ਵੀ ਤੇ ਸਮਾਜਿਕ ਪੁਨਰਵਾਸ ਕੀ ਹੈ ਸਮਾਜਿਕ ਪੁਨਰਵਾਸ ਕੀ ਹੈ ਵੀ ਸਹੀ ਸਹੀ ਅਸਮਰੱਥ ਅਸਮਰੱਥ ਵਿਅਕਤੀਆਂ ਨੂੰ ਸਮਾਜਿਕ ਜੀਵਨ ਦੇ ਵਿੱਚ ਸਰਗਰਮ ਭਾਈਵਾਲ ਬਣਾਉਂਦਾ ਭਾਵ ਕੀ ਸਮਾਜਿਕ ਪੁਨਰਵਾਸ ਆ ਇਹ ਕੀ ਕਰਦਾ ਹੈ ਜਿਹੜੇ ਵਿਅਕਤੀ ਅਸਮਰੱਥ ਹੁੰਦੇ ਨੇ ਜਿਹੜੇ ਪਰਸਨ ਡਿਸੇਬਿਲਟੀ ਵਾਲੇ ਹੁੰਦੇ ਨੇ ਉਹਨਾਂ ਨੂੰ ਸਮਾਜਿਕ ਜਿਹੜਾ ਜੀਵਨ ਆਪਣਾ ਸੋਸ਼ਲ ਜੀਵਨ ਆ ਉਹਦੇ ਵਿੱਚ ਉਹਨਾਂ ਨੂੰ ਮਤਲਬ ਕੀ ਉਹਨਾਂ ਦੀ ਸਾਂਝੇਦਾਰੀ ਪੈਦਾ ਕਰਦੇ ਨੇ ਉਹ ਕੀ ਹੋਗਾ ਸਮਾਜਿਕ ਪੁਨਰਵਾਸ ਇੱਕ ਸਰਗਰਮ ਉਹਨਾਂ ਦੀ ਸਰਗਰਮ ਹੋ ਗਿਆ ਭਾਵ ਕਿ ਉਹਨਾਂ ਨੂੰ ਜਿਹੜੇ ਕੀ ਸ਼ਾਮਿਲ ਕਰਨਾ ਜੋ ਵੀ ਆਪਾਂ ਸਮਾਜ ਦੇ ਵਿੱਚ ਜੋ ਆਪਣਾ ਹੈ ਐਕਟੀਵਿਟੀਜ਼ ਉਹਨਾਂ ਦੇ ਵਿੱਚ ਸ਼ਾਮਿਲ ਕਰਨਾ ਠੀਕ ਹੈ ਜਿਹੜੇ ਅਸਮਰੱਥ ਵਿਅਕਤੀ ਨੇ ਅਸਮਰੱਥ ਡਿਸੇਬਿਲਟੀ ਵਾਲੇ ਜਿਹੜੇ ਕੀ ਪਰਸਨਸ ਨੇ ਉਹਨਾਂ ਨੂੰ ਤਾਂ ਤਾਂਕਿ ਉਹ ਜਿਹੜੇ ਕਿ ਸਧਾਰਨ ਵਿਅਕਤੀ ਜਦਰਾ ਆਪਣਾ ਜੀਵਨ ਬਤੀਤ ਕਰ ਸਕਣ ਅੰਨੇ ਵਾਲੀ ਉਦਯੋਗੀ ਘਰ ਕਿੱਥੇ ਨੇ ਤਾਂ ਸ਼ਾਰਟ ਦੇ ਵਿੱਚ ਵੀ ਜਾ ਸਕਦਾ ਦੇਖੋ ਇਹ ਵੈਰੀ ਸ਼ਾਰਟ ਦੇ ਵਿੱਚ ਹੈ ਤਾਂ ਵੈਸੇ 1 ਮਾਰਕਸ ਵਾਲੀ ਇਹ ਕੁਐਸਚਨ ਇਹਨਾਂ ਦੇ ਵਿੱਚੋਂ ਹੀ ਤੁਹਾਡੇ ਜਿਹੜੇ ਕਿ ਟਰੂ ਫਾਲਸ ਫਿਲ ਅਪਸ ਐਮਸੀਕਿਊਜ਼ ਬਣਨਗੇ ਸਾਰੇ ਚੈਪਟਰਾਂ ਦੇ ਠੀਕ ਹੈ ਲੌਂਗ ਕੁਐਸਚਨ ਉਹ ਚੋਂ ਹੀ ਬਣਦੇ ਹੁੰਦੇ ਨੇ ਅੰਨੇ ਵਾਲੀ ਉਦਯੋਗੀ ਕੇਂਦਰ ਕਿੱਥੇ ਹੈ ਤਾਂ ਇਹ ਸੰਸਥਾ ਮੁੰਬਈ ਦੇ ਵਿੱਚ ਮੁੰਬਈ ਦੇ ਵਿੱਚ ਹੈ ਤੇ ਇਹ ਕਦੋਂ ਬਣੀ 1971 ਚ ਬਣੀ ਸੀ ਮੁੰਬਈ ਦੇ ਵਿੱਚ 1971 ਚ ਬਣੀ ਸੀ ਇਹਦੇ ਵਿੱਚ ਇਹ ਸੰਸਥਾ ਜਿਹੜੇ ਕਿ ਅਨੇਕ ਵਿਅਕਤੀ ਨੇ ਬਲਾਈਂਡ ਪਰਸਨਸ ਨੇ ਉਹਨਾਂ ਨੂੰ ਹੱਥੀਂ ਕੰਮ ਜਿਵੇਂ ਕੱਪੜਾ ਸੀਣਾ ਕਿਵੇਂ ਕਰਨਾ ਉਹਨਾਂ ਨੂੰ ਕੁਰਸੀਆਂ ਬਣਨਗੇ ਕਿਵੇਂ ਲੱਕੜਾਂ ਦਾ ਸਮਾਨ ਬਣਾਉਣਾ ਗੱਤੇ ਦੀ ਵਰਤੋਂ ਕਰਨਾ ਇਹ ਸਾਰੇ ਸਾਰੀਆਂ ਜਿਹੜੀ ਕਿ ਵਸਤੂਆਂ ਬਣਾਉਣ ਦੇ ਵਿੱਚ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਕਿ ਉਹ ਆਪਣਾ ਜੀਵਨ ਜਿਹੜੇ ਕਿ ਗੁਜ਼ਾਰਾ ਕਰ ਸਕਣ ਅੱਗੇ ਹੈ ਆਪਣਾ ਕੁਐਸਚਨ ਸਥਾਈ ਯੋਗਤਾ ਕੀ ਹੈ ਸਥਾਈ ਯੋਗਤਾ ਤਾਂ ਇਹ ਉਹ ਅਯੋਗਤਾ ਹੁੰਦੀ ਹੈ ਜਿਹੜੀ ਵਿਅਕਤੀ ਦੇ ਜੀਵਨ ਪਰ ਜੀਵਨ ਪਰ ਜੀਵਨ ਪਰ ਠੀਕ ਨਹੀਂ ਹੁੰਦੀ ਭਾਵ ਕਿ ਕੋਈ ਅਹ ਜੀ ਡਿਸੇਬਿਲਟੀ ਵਿਅਕਤੀ ਦੇ ਵਿੱਚ ਜਿਹੜੀ ਹੁੰਦੀ ਹੈ ਜਿਹੜੀ ਜ਼ਿੰਦਗੀ ਪਰ ਜਿਹੜੀ ਕਿ ਠੀਕ ਨਹੀਂ ਹੁੰਦੀ ਠੀਕ ਹੈ ਉਹ ਇਹ ਵਾਲਾ ਵਿਅਕਤੀ ਜਿਹੜਾ ਜੁੜਾ ਇਸ ਅਸਥਾਈ ਅਯੋਗਤਾ ਵਾਲਾ ਹੁੰਦਾ ਉਹ ਕਦੇ ਵੀ ਕਿਸੇ ਕੰਮ ਨੂੰ ਸਹੀ ਤਰੀਕੇ ਨਾਲ ਨਹੀਂ ਕਰ ਸਕਦਾ ਉਹ ਹੋ ਗਿਆ ਡਿਸੇਬਿਲਟੀ ਜਿਵੇਂ ਕਿਸੇ ਵੀ ਵਿਅਕਤੀ ਦੇ ਵਿੱਚ ਜਨਮ ਤੋਂ ਹੀ ਕਈ ਵਾਰਾ ਜਿਹੜੀ ਕਿ ਕੁਝ ਕਮੀ ਪਾਈ ਜਾਂਦੀ ਆ ਜਿਸ ਕਰਕੇ ਉਹਨੂੰ ਸਾਰੀ ਜ਼ਿੰਦਗੀ ਉਮੀ ਹੀ ਰਹਿਣਾ ਪੈਂਦਾ ਤਾਂ ਉਹ ਹੋ ਗਈ ਪਰਮਾਨੈਂਟ ਸਥਾਈ ਅਯੋਗਤਾ ਭਾਵ ਕੀ ਜਮੰਦਰੂ ਹੀ ਹੁੰਦੇ ਨੇ ਠੀਕ ਆ ਅਗਲਾ ਹੈ ਕਿਰਿਆਤਮਕ ਅਸਮਰੱਥਾ ਕੀ ਹੈ ਕਿਰਿਆਤਮਕ ਕਿਰਿਆਤਮਕ ਅਸਮਰੱਥਾ ਅਸਮਰੱਥਾ ਜਿਹੜੇ ਕਿ ਇਸ ਤਰ੍ਹਾਂ ਦੀ ਅਸਮਰੱਥਾ ਵਿਅਕਤੀ ਦੇ ਜਿਹੜੇ ਮਾਸਪੇਸ਼ੀਆਂ ਨਾੜੀਆਂ ਤੇ ਸਰੀਰਕ ਅੰਗਾਂ ਦੇ ਵਿੱਚ ਨੁਕਸ ਪੈਦਾ ਕਰਕੇ ਜਿਹੜੀ ਕਿ ਇਹ ਅਯੋਗਤਾ ਪੈਦਾ ਹੁੰਦੀ ਹੈ ਬਾਕੀ ਇਹਦਾ ਅਨਸਰ ਬਾਅਦ ਚ ਦੱਸਦੇ ਆ ਪਹਿਲਾਂ ਤੁਸੀਂ ਇਹ ਕੁਐਸਚਨ ਵੀ ਇੰਪੋਰਟੈਂਟ ਆ ਕਿ ਅਸਮਰੱਥਾ ਦੇ ਕਿੰਨੇ ਕਿਸਮਾਂ ਨੇ ਠੀਕ ਆ ਅਸਮਰੱਥਾ ਦੇ ਕਿੰਨੇ ਕਿਸਮਾਂ ਨੇ ਜਿਵੇਂ ਤਾਕਤ ਦੇ ਪੁੱਛ ਲੈਂਦੇ ਨੇ ਤਾਕਤ ਦੇ ਤਿੰਨ ਕਿਸਮਾਂ ਨੇ ਹਨਾ ਤਾਕਤ ਦੇ ਕਿੰਨੇ ਕਿਸਮਾਂ ਨੇ ਮੋਜ ਦੀਆਂ ਕਿੰਨੇ ਕਿਸਮਾਂ ਨੇ ਤੇ ਹੱਡੀ ਟੁੱਟਣ ਦੇ ਕਿੰਨੇ ਕਿਸਮਾਂ ਨੇ ਐਮੀ ਇਹ ਕੁਐਸਚਨ ਆ ਕਿ ਅਸਮਰੱਥਾ ਦੇ ਕਿੰਨੇ ਕਿਸਮਾਂ ਨੇ ਤਾਂ ਅਸਮਰੱਥਾ ਦੇ ਕਿੰਨ ਅਸਮਰਤਾ ਦੇ ਦੋ ਕਿਸਮਾਂ ਨੇ ਕਿਰਿਆਤਮਕ ਅਸਮਰੱਥਾ ਫੰਕਸ਼ਨਲ ਡਿਸੇਬਿਲਟੀ ਤੇ ਸਰੰਚਨਾਤਮਕ ਅਸਮਰੱਥਾ ਸਟਰਕਚਰਲ ਡਿਸੇਬਿਲਟੀ ਤਾਂ ਕਿਰਿਆਤਮਕ ਅਸਮਰੱਥਾ ਕਿਉਂ ਦੀ ਆ ਇਸ ਤਰ੍ਹਾਂ ਦੀ ਸਮਰੱਥਾ ਵਿੱਚ ਵਿਅਕਤੀ ਦੇ ਜਿਹੜੇ ਮਾਸਪੇਸ਼ੀਆਂ ਨਾੜੀਆਂ ਸਰੀਰਕੰਗਾਂ ਦੇ ਵਿੱਚ ਲਚਕ ਪੈਣ ਕਰਕੇ ਅਜੋਗਤਾ ਹੋ ਜਾਂਦੀ ਹੈ ਜਿਵੇਂ ਛੱਟ ਲੱਗਣ ਕਰਕੇ ਵੀ ਹੋ ਸਕਦੀ ਹੈ ਤੇ ਇਸ ਤੋਂ ਇਲਾਵਾ ਉੱਚਾ ਸੁਣਨਾ ਅੱਖਾਂ ਦੀ ਕੋਈ ਸਮੱਸਿਆ ਹੁਣ ਉੱਚਾ ਸੁਣਨਾ ਆਪਾਂ ਅਗਰ ਕੋਈ ਕਿਤੇ ਹਨਾ ਮਤਲਬ ਕਿ ਸ਼ੋਰ ਵਾਰੀ ਜਗ੍ਹਾ ਤੇ ਕੁਝ ਜ਼ਿਆਦਾ ਆਪਣੇ ਤੇ ਸਟ्रेस ਪੈ ਜੇ denn ਆਪਾਂ ਨੂੰ ਸੁਣਨ ਦੀ ਸ਼ਕਤੀ ਆਪਣੀ ਘੱਟ ਹੋ ਜਾਂਦੀ ਹੈ ਉੱਚਾ ਸੁਣਨ ਲੱਗ ਜਾਂਦਾ ਅੱਖਾਂ ਦੀ ਰੋਸ਼ਨੀ ਜਿਵੇਂ ਕਿਸੇ ਵੀ ਜਗ੍ਹਾ ਤੇ ਆਪਾਂ ਕੋਈ ਐਸਾ ਕੰਮ ਕਰ ਰਹੇ ਹਾਂ ਜਿੱਥੇ ਆਪਣੀਆਂ ਅੱਖਾਂ ਨੂੰ ਪ੍ਰਭਾਵਿਤ ਹੋ ਰਹੀਆਂ ਨੇ ਤਾਂ ਉਦੋਂ ਆਪਣੀ ਅੱਖਾਂ ਦੀ ਜਿਹੜੀ ਕਿ ਕੋਈ ਸਮੱਸਿਆ ਪੈਦਾ ਹੋ ਜਾਂਦੀ ਹੈ ਤਾਂ ਇਹ ਸਾਰੀਆਂ ਭਾਵ ਕੀ ਜਿਹੜੇ ਕਿ ਇਹ ਆ ਸਮਰੱਥਾ ਕਿਸੇ ਜਿਹੜੇ ਕਿ ਕਿਸੇ ਲੰਬੀ ਬਿਮਾਰੀ ਕਾਰਨ ਹੋ ਜਾਂਦੀਆਂ ਨੇ ਜਿਵੇਂ ਸਾਹ ਦੀ ਬਿਮਾਰੀ ਸਿਲੀਕੋਸਿਸ ਠੀਕ ਹੈ ਲੀਡ ਕਹਿਰ ਸਾਈਡਰੋਕੋਸਿਸ ਲੈਬ੍ਰੋਸਿਸ ਲੰਗ ਲੰਗ ਕੈਂਸਰ ਇਹ ਸਾਰੀਆਂ ਉਦਾਹਰਣਾਂ ਨੇ ਅਗਲਾ ਹੈ ਸਥਾਈ ਅਯੋਗਤਾ ਤੇ ਅਸਥਾਈ ਅਯੋਗਤਾ ਸਾਈ ਤੇ ਅਸਥਾਈ ਯੋਗਤਾ ਵਿੱਚ ਕੀ ਅੰਤਰ ਤਾਂ ਆਪਾਂ ਨੇ ਹੁਣੇ ਸਥਾਈ ਯੋਗਤਾਤ ਪੜ੍ਹੀ ਹੈ ਸਥਾਈ ਅਯੋਗਤਾ ਉਹ ਹੁੰਦੀ ਹੈ ਜਿਹੜੀ ਕਿ ਵਿਅਕਤੀ ਦੀ ਜੀਵਨਪਾਠ ਠੀਕ ਨਹੀਂ ਹੋ ਸਕਦੀ ਤੇ ਜਿਸ ਕਰਕੇ ਪੀੜਤ ਵਿਅਕਤੀ ਕਦੇ ਵੀ ਕਿਸੇ ਕੰਮ ਨੂੰ ਸਹੀ ਢੰਗ ਨਾਲ ਨਹੀਂ ਕਰ ਸਕਦਾ ਅਸਥਾਈ ਅਗਲਾ ਹੈਡਿੰਗ ਅਸਥਾਈ ਇਹ ਉਜੋਗਤਾਵਾਂ ਹੀ ਹੁੰਦੀਆਂ ਨੇ ਜਿਹੜੀ ਕਿ ਇਲਾਜ ਦੇ ਨਾਲ ਠੀਕ ਹੋ ਜਾਂਦੀਆਂ ਨੇ ਫਿਰ ਇਲਾਜ ਕਰਵਾਉਣ ਤੋਂ ਬਾਅਦ ਵਿਅਕਤੀ ਜਿਹੜੀ ਕਿ ਠੀਕ ਢੰਗ ਨਾਲ ਕੰਮ ਕਰਨ ਦੇ ਯੋਗ ਹੋ ਜਾਂਦਾ ਭਾਵੇਂ ਕਿ ਇਹ ਜਿਹੜੀਆਂ ਇਹ ਹੁੰਦੀਆਂ ਨੇ ਤਾਂ ਜਨਮ ਤੋਂ ਹੀ ਹੁੰਦੀਆਂ ਨੇ ਇਹ ਜਨਮ ਤੋਂ ਨਹੀਂ ਹੁੰਦੀਆਂ ਬਾਅਦ ਚੋਂ ਕਿਸੇ ਬਿਮਾਰੀ ਦੇ ਕਾਰਨ ਪੈਦਾ ਹੋ ਜਾਂਦੀਆਂ ਨੇ ਫਿਰ ਜਦੋਂ ਆਪਾਂ ਜਿਹੜੀ ਕਿ ਬਿਮਾਰੀ ਦਾ ਇਲਾਜ ਕਰਵਾ ਲੈਂਦੇ ਆਂ ਦੈਨ ਆਪਣੀ ਜਿਹੜੀ ਇਹ ਸਮਰੱਥਾ ਦੂਰ ਹੋ ਜਾਂਦੀ ਹੈ ਸਪੋਜ਼ ਕਿ ਜਿਹੜਾ ਐਕਸੀਡੈਂਟ ਹੋ ਗਿਆ ਜਾਂ ਕੁਝ ਵੀ ਉਹਨੂੰ ਜਿਹੜੀ ਕਿ ਕਈ ਵਾਰ ਉਹਦੇ ਲੱਤ ਵਗੈਰਾ ਜਾਂ ਬਾਹਤੇ ਕੋਈ ਅਸਰ ਜਾਦੇ ਹੋ ਜਾਣਾ ਤਾਂ ਉਸ ਬਾਦ ਉਹਦਾ ਇਲਾਜ ਹੋ ਜਾਣਾ ਫਿਰ ਉਹ ਠੀਕ ਹੋ ਜਾਂਦਾ ਤਾਂ ਉਹ ਕਿਹੜੀ ਅਯੋਗਤਾ ਹੋ ਜੂਗੀ ਫਿਰ ਅਸਥਾਈ ਜਿਹੜੀ ਜਨਮ ਤੋਂ ਹੀ ਹੁੰਦੀ ਆ ਉਹ ਹੋਊਗੀ ਸਥਾਈ ਅਗਲਾ ਹੈ ਅਸਮਰੱਥਾ ਪੈਦਾ ਹੋਣ ਦੇ ਕੀ ਕੀ ਕਾਰਨ ਨੇ ਅਸਮਰੱਥਾਵਾਂ ਕਿਉਂ ਪੈਦਾ ਹੁੰਦੀਆਂ ਨੇ ਤਾਂ ਇਹਦੇ ਕਾਫੀ ਜ਼ਿਆਦੇ ਕਾਰਨ ਨੇ ਇੱਕ ਤਾਂ ਅਸੰਤੁਲਿਤ ਭੋਜਨ ਕਰਨਾ ਠੀਕ ਹੈ ਸਾਰੀ ਪੂਰੀ ਡਾਈਟ ਨਾ ਲੈਣਾ ਹਾਦਸਿਆਂ ਦੇ ਸ਼ਿਕਾਰ ਹੋ ਜਾਣਾ ਜਿਵੇਂ ਆਪਾਂ ਨੇ ਹੁਣੇ ਉਦਾਹਰਣ ਲਈ ਹੈ ਤੇ ਬਿਮਾਰ ਕਿਸੇ ਲੰਬੀ ਬਿਮਾਰੀ ਦੇ ਕਾਰਨ ਹੋ ਜਾਂਦਾ ਜਿਵੇਂ ਆਪਾਂ ਨੂੰ ਲਗਾਤਾਰ ਅਗਰ ਖਾਂਸੀ ਵਗੈਰਾ ਹੋਵੇ ਤਾਂ ਉਹਨਾਂ ਨਾਲ ਟੀਵੀ ਵਗੈਰਾ ਹੋ ਜਾਂਦੀ ਹੈ ਠੀਕ ਹੈ ਇਹ ਸਾਰੀਆਂ ਚੀਜ਼ਾਂ ਮਾਨਸਿਕ ਤੱਤ ਮੈਂਟਲੀ ਕੁਝ ਆਪਾਂ ਨੂੰ ਸਟ्रेस ਦੇ ਵਿੱਚ ਰਹਿਣਾ ਤਾਂ ਆਪਣੇ ਕੋਈ ਸਰੀਰ ਦਾ ਅੰਗ ਹੈ ਜਿਹੜੇ ਕਿ ਮਾਰਿਆ ਜਾਂਦਾ ਤੇ ਸਰੀਰਕ ਸਰੀਰਕ ਤੱਤ ਵੀ ਜਿਹੜੇ ਕਿ ਇਹ ਸਰੀਰ ਦੇ ਵਿੱਚ ਕਈ ਕਮੀਆਂ ਹੁੰਦੀਆਂ ਨੇ ਬਿਮਾਰੀਆਂ ਪੈਦਾ ਹੋ ਜਾਂਦੀਆਂ ਨੇ ਉਹਨਾਂ ਨਾਲ ਵੀ ਜਿਹੜੀ ਕਿ ਡਿਸੇਬਿਲਟੀ ਹੋ ਜਾਂਦੀ ਜਿਵੇਂ ਚੇਚਕ ਦੀ ਬਿਮਾਰੀ ਦੇ ਨਾਲ ਅੰਨਪਨ ਹੋ ਜਾਂਦਾ ਚੇਚਕ ਦੀ ਬਿਮਾਰੀ ਦੇ ਨਾਲ ਅੰਨਪਨ ਹੋ ਜਾਂਦਾ ਇਹ ਸਾਰੀਆਂ ਕਿਹੜੀਆਂ ਹੋ ਜਾਣਗੀਆਂ ਸਰੀਰਕ ਤਤ ਜਾਂ ਸਰੀਰਕ ਬਿਮਾਰੀ ਅਗਲਾ ਆਪਣਾ ਕੁਐਸਚਨ ਹੈ ਹੁਣ ਆਪਣੇ ਕੁਐਸਚਨ ਹੋਣਗੇ 3 ਮਾਰਕਸ ਵਾਲੇ ਕਿਤਿਆਂ ਤੋਂ ਪੈਦਾ ਹੋਣ ਵਾਲੀਆਂ ਅਸਮਰੱਥਾਵਾਂ ਕਿਹੜੀਆਂ ਨੇ ਕਿਤਾਪਾਪ ਕੀ ਜੋ ਆਪਾਂ ਕੰਮ ਕਰ ਰਹੇ ਆ ਜੋ ਕਿਸੇ ਪੇਸ਼ੇ ਦੇ ਵਿੱਚ ਆਪਾਂ ਕੰਮ ਕਰ ਰਹੇ ਆ ਉਹਦੇ ਨਾਲ ਜਿਹੜੇ ਕਿ ਕਿਹੜੇ-ਕਿਹੜੇ ਜਿਹੜੇ ਆ ਸਮਰੱਥਾ ਪੈਦਾ ਹੁੰਦੇ ਉਹਨਾਂ ਦੇ ਕੀ ਕਾਰਨ ਨੇ ਤਾਂ ਬਹੁਤ ਸਾਰੇ ਜਿਹੜੇ ਕਿ ਸਮਰੱਥਾਵਾਂ ਨੂੰ ਆਪਾਂ ਕੰਮ ਕਰਨ ਦੇ ਮਾਹੌਲ ਦੇ ਵਿੱਚ ਪੈਦਾ ਹੋ ਜਾਂਦੇ ਜਿਵੇਂ ਸਾਹ ਦੀ ਸਮਰੱਥਾ ਅਗਰ ਆਪਾਂ ਕਿਤੇ ਜਿਵੇਂ ਕੱਪੜੇ ਵਾਲੀ ਮਿਲ ਦੇ ਵਿੱਚ ਕੰਮ ਕਰਨਾ ਹੋਵੇ ਤਾਂ ਉਥੇ ਜਿਹੜੇ ਕਿ ਰੂ ਦੇ ਪੀਸਣ ਦੇ ਉਹਨਾਂ ਪਿੰਨਣ ਦੇ ਨਾਲ ਆ ਜਿਹੜੇ ਕਿ ਆਪਾਂ ਨੂੰ ਸਾਹ ਦੀ ਸਮੱਸਿਆ ਹੋ ਜਾਂਦੀ ਹੈ ਠੀਕ ਹੈ ਆਟਾ ਚੱਕੀ ਦੇ ਵਿੱਚ ਵੀ ਹੋ ਜਾਂਦੀ ਹੈ ਪਤਲੇ ਕਿ ਕੋਈ ਹੈ ਜੇ ਆਪਾਂ ਕੰਮ ਕਰੀ ਜਿਹਦੇ ਨਾਲ ਆਪਾਂ ਨੂੰ ਸਾਹ ਲੈਣ ਵਿੱਚ ਪ੍ਰੋਬਲਮ ਹੋ ਜਾਂਦੀ ਤਾਂ ਉਹਦੇ ਵਿੱਚ ਸਾਹ ਲੈਣ ਦੀ ਅਸਮਰੱਥਾ ਪੈਦਾ ਹੋ ਜਾਂਦੀ ਹੈ ਜ਼ਹਿਰੀਲੇ ਪਦਾਰਥ ਹਵਾ ਦੇ ਦੁਆਰਾ ਜਿਹੜੇ ਕਿ ਸਰੀਰ ਦੇ ਵਿੱਚ ਚਲੇ ਜਾਂਦੇ ਨੇ ਉਹਨਾਂ ਨਾਲ ਅਸਮਰੱਥਾ ਪੈਦਾ ਹੋ ਜਾਂਦੇ ਨੇ ਹੁਣ ਇਹਨਾਂ ਦੇ ਕਾਰਨ ਕਿਹਨੇ ਭੌਤਿਕ ਕਾਰਨ ਸਮਾਜਿਕ ਕਾਰਨ ਤੇ ਰਸਾਇਣਿਕ ਕਾਰਨ ਇਹ ਤਿੰਨ ਕਾਰਨ ਨੇ ਪਹਿਲਾਂ ਭੌਤਿਕ ਕਾਰਨ ਦੇਖਦੇ ਆ ਭ ਜਿਵੇਂ ਕਿ ਜ ਗਰਮੀ ਸਰਦੀ ਰੋਸ਼ਨੀ ਦਬਾਅ ਰੋਲਾ ਵਿਕੇਰਨਾ ਇਹਨਾਂ ਦੇ ਨਾਲ ਜਿਹੜੇ ਕਿ ਆ ਵਾਪਰਦਿਆਂ ਨੇ ਜਿਵੇਂ ਕਿ ਅ ਅੰਤ ਦਾ ਠੰਡਾ ਮੌਸਮ ਜਿਹੜੇ ਕਿ ਮੌਸਮ ਫੁੱਟ ਵਾਈਟ ਤੇ ਉੱਚਾ ਤਾਪਮਾਨ ਹੀਟ ਕ੍ਰੈਂਪ ਠੀਕ ਹੈ ਇਹਨਾਂ ਕੰਮ ਦੇ ਸਥਾਨਾਂ ਤੇ ਉੱਚੀਆਂ ਆਵਾਜ਼ਾਂ ਜਾਂ ਰੋਲੇ ਦੇ ਕਾਰਨ ਕੀ ਹੋ ਜਾਂਦਾ ਬੋਲਾਪਣ ਭਾਵ ਕੀ ਸੁਣਨਾ ਘਟ ਜਾਂਦਾ ਫੁੱਟ ਵਾਈਟ ਕੀ ਹੋ ਗਿਆ ਪੈਰ ਗਲ ਜਾਣੇ ਠੀਕ ਹੈ ਫੁੱਟ ਵਾਈਟ ਭਾਵ ਕਿ ਆਪਣੇ ਪੈਰ ਗਲ ਜਾਣੇ ਠੰਡੇ ਮੌਸਮ ਦੇ ਜਿਹੜੇ ਆਪਣੇ ਪੈਰ ਗਲ ਜਾਂਦੇ ਨੇ ਜਿਵੇਂ ਸਰਦੀਆਂ ਦੇ ਵਿੱਚ ਉਹ ਗਰਮ ਸਰਦ ਹੋ ਜਾਂਦੇ ਨੇ ਇਹ ਇਹਨਾਂ ਸਾਰਿਆਂ ਦੇ ਨਾਲ ਤੇ ਸਮਾਜਿਕ ਕਾਰਨ ਤੇ ਬਹੁਤ ਸਾਰੀਆਂ ਜਿਹੜੇ ਕਿ ਸਮਾਜਿਕ ਅਪਹਾਜਤਾਵਾਂ ਦੇ ਕਾਰਨ ਵੀ ਜਿਹੜੇ ਕਿ ਇਹ ਅਸਮਰੱਥਾ ਪੈਦਾ ਹੋ ਜਾਂਦੀ ਜਦੋਂ ਸਮਾਜਿਕ ਵਾਤਾਵਰਣ ਆਪਣੇ ਆਪ ਨੂੰ ਆਪਾ ਟਾਲ ਨਹੀਂ ਪਾਉਂਦੇ ਤਾਂ ਕਈ ਵਾਰ ਜਿਹੜੇ ਕਿ ਆਪ ਆਪਣੇ ਸੁਭਾਅ ਦੇ ਵਿੱਚ ਵਿਅਕਤੀਆਂ ਦੇ ਵਿੱਚ ਜ਼ਿਆਦਾਤਰ ਜਿਹੜੇ ਕਿ ਇਹ ਡਿਸੇਬਿਲਟੀ ਪੈਦਾ ਹੋ ਜਾਂਦੀ ਹੈ ਪਾਪ ਕਿ ਜਦੋਂ ਆਪਣੇ ਆਪ ਨੂੰ ਦੂਜਿਆਂ ਦੇ ਵਿੱਚ ਨਹੀਂ ਢਾਲ ਪਾਉਂਦੇ ਤਾਂ ਆਪਾਂ ਨੂੰ ਜਿਹੜੀ ਕਿ ਉਦਾਸੀ ਹੋ ਜਾਂਦੀ ਹੈ ਜਾਂ ਆਪਾਂ ਤਣਾਅ ਦੇ ਵਿੱਚ ਆ ਜਾਂਦੇ ਨੇ ਚਿੰਤਾ ਦੇ ਵਿੱਚ ਆ ਜਾਂਦੇ ਨੇ ਇਹ ਸਾਰੀਆਂ ਕਿਹੜੀਆਂ ਅ ਅਸਮਰੱਥਾਵਾਂ ਦੇ ਕਾਰਨ ਬਣ ਜਾਂਦੇ ਨੇ ਸਮਾਜਿਕ ਕਾਰਨ ਹੁੰਦੇ ਨੇ ਆਤਮ ਵਿਸ਼ਵਾਸ ਦੀ ਕਮੀ ਹੋਣਾ ਠੀਕ ਹੈ ਆਪਣੇ ਕਿਸੇ ਵੀ ਆਪਣੇ ਆਪ ਦੇ ਵਿੱਚ ਰਹਿਣਾ ਇਹ ਸਾਰੇ ਕੀ ਹੋ ਜਾਂਦੇ ਆ ਅਸਮਰੱਥਾਵਾਂ ਦੇ ਕਾਰਨ ਹੋ ਜਾਂਦੇ ਨੇ ਸਮਾਜਿਕ ਕਾਰਨ ਨੇ ਰਸਾਇਣਿਕ ਤੱਤ ਰਸਾਇਣਿਕ ਤੱਤ ਜਿਹੜੇ ਕਿ ਰਸਾਇਣਿਕ ਪ੍ਰਦੂਸ਼ਣ ਜਿਵੇਂ ਕਿ ਕਾਰਬਨ ਡਾਈਆਕਸਾਈਡ ਵਰਗੀਆਂ ਜ਼ਹਿਰੀਲੀਆਂ ਗੈਸਾਂ ਦੇ ਨਾਲ ਫੈਲਦੇ ਨੇ ਇਹਦੇ ਨਾਲ ਲਗਾਤਾਰ ਸਿਰਦਰਦ ਹੋਣ ਲੱਗ ਜਾਂਦਾ ਸਾਹ ਰੁਕਣ ਲੱਗ ਜਾਂਦਾ ਤਾਂ ਬਿਮਾਰੀਆਂ ਲੱਗ ਜਾਂਦੀਆਂ ਨੇ ਤੇ ਐਵੇਂ ਫਿਰ ਕੀ ਆ ਇਹ ਜ਼ਿਆਦਾਤਰ ਖਾਣਾ ਦੇ ਵਿੱਚ ਵਾਪਰਦਾ ਭਾਵ ਕਿ ਜਿਹੜੀਆਂ ਫੈਕਟਰੀਜ਼ ਵਗੈਰਾ ਹੁੰਦੀਆਂ ਨੇ ਉਹਨਾਂ ਦੇ ਵਿੱਚ ਇਹ ਲੜੀ ਕੀ ਬਿਮਾਰੀ ਤੋਂ ਸ਼ਿਕਾਰ ਹੁੰਦੇ ਨੇ ਤਾਂ ਉਹ ਹੋਣਗੇ ਰਸਾਇਣਿਕ ਤੱਤ ਅੱਗੇ ਕਿਸੇ ਇੱਕ ਤੋਂ ਨੋਟ ਨਿਕਲਣਾ ਐਂਥਰਾਕੋਸਿਸ ਐਂਥਰਾਕੋਸਿਸ ਇਹ ਜਿਹੜੇ ਕਿ ਨਾਮ ਐਂਥਰਾਕ ਐਂਥਰਾਕ ਜਿਹੜਾ ਕਿ ਇਹਦਾ ਭਾਵ ਹੁੰਦਾ ਕੋਇਲਾ ਜਾਂ ਕਾਰਬਨ ਕੋਇਲਾ ਜਾਂ ਕਾਰਬਨ ਕਾਰਬਨ ਅਤੇ ਉਸਿਸ ਉਸਿਸ ਦਾ ਅਰਥ ਹੁੰਦਾ ਪ੍ਰਸਥਿਤੀ ਐਂਥਰੋਕੋਸਿਸ ਭਾਵ ਕੀ ਦੋ ਸ਼ਬਦਾਂ ਤੋਂ ਬਣਿਆ ਹੋਇਆ ਐਂਥਰਾ ਠੀਕ ਹੈ ਐਂਥਰਾਕ ਐਂਥਰਾਿਕ ਦਾ ਭਾਵ ਹੁੰਦਾ ਕੋਇਲਾ ਜਾਂ ਕਾਰਬਨ ਤੇ ਉਸਿਸ ਦਾ ਭਾਵ ਹੁੰਦਾ ਪ੍ਰਸਥਿਤੀ ਪ੍ਰਸਥਿਤੀ ਭਾਵ ਸਿਚੁਏਸ਼ਨ ਤਾਂ ਇਸ ਪ੍ਰਕਾਰ ਦੀ ਬਿਮਾਰੀ ਜਿਹੜੀ ਕਿ ਉਹਨਾਂ ਲੋਕਾਂ ਦੇ ਵਿੱਚ ਪਾਈ ਜਾਂਦੀ ਹੈ ਜਿਹੜੇ ਕਿ ਕੋਲੇ ਦੀਆਂ ਖਾਨਾਂ ਵਿੱਚ ਕੰਮ ਕਰਦੇ ਨੇ ਠੀਕ ਆ ਭਾਵ ਕਿ ਕੋਲੇ ਦੀਆਂ ਜਿਹੜੇ ਫੈਕਟਰੀਆਂ ਵਗੈਰਾ ਹੁੰਦੇ ਨੇ ਉੱਥੇ ਕੰਮ ਕਰਦੇ ਨੇ ਜਿੱਥੋਂ ਕੋਲਾ ਪੈਦਾ ਹੁੰਦਾ ਤੇ ਇਹ ਬਿਮਾਰੀ ਸਾਹ ਪ੍ਰਣਾਲੀ ਦੇ ਜਿਹੜੇ ਅੰਗਾਂ ਨੇ ਉਹਨਾਂ ਨੂੰ ਪ੍ਰਭਾਵਿਤ ਕਰਦੇ ਜਿਵੇਂ ਸਾਹ ਨਾਲੀ ਫੇਫੜਿਆਂ ਦੇ ਨੱਕ ਦੀ ਨਾਲੀ ਨੂੰ ਪ੍ਰਭਾਵਿਤ ਕਰਦੇ ਨੇ ਕੰਮ ਕਰਨ ਦੀ ਥਾਂ ਤੇ ਕੋਲੇ ਦੇ ਆ ਕੋਲੇ ਦੇ ਜਿਹੜੇ ਕਣ ਨੇ ਉਹ ਸਾਹ ਦੁਆਰਾ ਆਪਣੇ ਅੰਦਰ ਚਲੇ ਜਾਂਦੇ ਨੇ ਜਿਦੇ ਨਾਲ ਫੇਫੜੇ ਪ੍ਰਭਾਵਿਤ ਹੋ ਜਾਂਦੇ ਨੇ ਤੇ ਇਹ ਕਾਲੇ ਫੇਫੜੇ ਦੇ ਨਾਮਲੇ ਨਾਲ ਵੀ ਇਹ ਜਿਹੜੀ ਕਿ ਬਿਮਾਰੀ ਜਾਣੀ ਜਾਂਦੀ ਆ ਅੱਗੇ ਸ਼ੀਸ਼ੇ ਦਾ ਜ਼ਹਿਰ ਇਹ ਇੱਕ ਜ਼ਹਿਰੀਲੀ ਤੱਤ ਹੁੰਦੀ ਹੈ ਜਿਹੜੀ ਕਿ ਮਨੁੱਖ ਦੀ ਸਿਹਤ ਤੇ ਬੁਰਾ ਪ੍ਰਭਾਵ ਪਾਉਂਦੀ ਆ ਤਾਂ ਇਹ ਵਾਲੇ ਜਿਹੜੇ ਵਿਅਕਤੀ ਨੇ ਉਹਨਾਂ ਕਰਮਚਾਰੀਆਂ ਦੇ ਵਿੱਚ ਪਾਈ ਜਾਂਦੀ ਹੈ ਇਹ ਬਿਮਾਰੀ ਜਿਹੜੇ ਕਿ ਨਿਰਮਾਣ ਕੰਮ ਦੇ ਵਿੱਚ ਲੱਗੇ ਹੋਏ ਹੁੰਦੇ ਨੇ ਭਾਵੇਂ ਕਿ ਜਿਵੇਂ ਬਿਲਡਿੰਗ ਬਣਾਉਣ ਦੇ ਵਿੱਚ ਜਾਂ ਪੇਂਟਿੰਗ ਕਰਨ ਦੇ ਵਿੱਚ ਜਾਂ ਇਮਾਰਤ ਹੋਈ ਹੋਊਗਾ ਬਿਲਡਿੰਗ ਠੀਕ ਹੈ ਜਾਂ ਕੋਈ ਚਿੰਨੀ ਮਿੱਟੀ ਨਾਲ ਸੰਬੰਧਿਤ ਜਿਹੜੇ ਕਿ ਜਿਵੇਂ ਚਿੰਨੀ ਦੇ ਚਿੰਨੀ ਮਿੱਟੀ ਦੇ ਭਾਂਡੇ ਬਣਾਉਣਾ ਜਾਂ ਪੀਓਪੀ ਕਰਨਾ ਇਹ ਸਾਰੇ ਇਹ ਸਾਰੇ ਕੰਮਾਂ ਵਾਲੇ ਜਿਹੜੇ ਵਿਅਕਤੀ ਨੇ ਉਹਨਾਂ ਦੇ ਵਿੱਚ ਸ਼ੀਸ਼ੇ ਦਾ ਜ਼ਹਿਰ ਹੈ ਜਿਹੜੇ ਕਿ ਇਹ ਧਾਤੂ ਪਾਈ ਜਾਂਦੀ ਆ ਤੇ ਇਹ ਸ਼ੀਸ਼ੇ ਦੇ ਜਿਹੜੇ ਕਿ ਕਣਾਂ ਨੂੰ ਸਾਹ ਦੁਆਰਾ ਸ਼ੀਸ਼ੇ ਨੂੰ ਜਿਹੜੇ ਸਰੀਰ ਦੇ ਅੰਦਰ ਲੈ ਕੇ ਜਾਣ ਦੇ ਨਾਲ ਇਹ ਬੁਰਾ ਪ੍ਰਭਾਵ ਪਾਉਂਦੇ ਨੇ ਤੇ ਸ਼ੀਸ਼ੇ ਦੇ ਜ਼ਹਿਰ ਦੇ ਨਾਲ ਪ੍ਰਭਾਵਿਤ ਜਿਹੜਾ ਵਿਅਕਤੀ ਆ ਉਹਦੇ ਲੱਛਣ ਕੀ ਹੁੰਦੇ ਨੇ ਕਿ ਉਹਦੇ ਢਿੱਡ ਦੇ ਵਿੱਚ ਦਰਦ ਹੋਣ ਲੱਗ ਜਾਂਦਾ ਪੇਟ ਦੇ ਵਿੱਚ ਉਹਨੂੰ ਬੇਹੋਸ਼ੀ ਹੋ ਜਾਂਦਾ ਤੇ ਸਿਰ ਵਿੱਚ ਦਰਦ ਰਹਿਣ ਲੱਗ ਜਾਂਦਾ ਸਰੀਰ ਦੇ ਵਿੱਚ ਦਰਦ ਰਹਿਣ ਦਾ ਅੜਕਨ ਤੇ ਅਦਰੰਗ ਤੇ ਫੇਫੜਿਆਂ ਦੀਆਂ ਜਿਹੜੀ ਕਿ ਬਿਮਾਰੀਆਂ ਉਹਨਾਂ ਨੂੰ ਲੱਗ ਜਾਂਦੀਆਂ ਨੇ ਅੱਗੇ ਹੈ ਕੈਂਸਰ ਤੇ ਦਮਾ ਤਾਂ ਇਹ ਬਿਮਾਰੀਆਂ ਜਿਹੜੀ ਕਿ ਉਹਨਾਂ ਕਰਮਚਾਰੀਆਂ ਦੇ ਵਿੱਚ ਹੁੰਦੀਆਂ ਨੇ ਉਹਨਾਂ ਵਿਅਕਤੀਆਂ ਦੇ ਵਿੱਚ ਹੁੰਦੀਆਂ ਨੇ ਜਿਹੜੇ ਕਿ ਰਸਾਇਣਿਕ ਤੱਤ ਜਾਂ ਧੂੜ ਡਸਟ ਜਾਂ ਜਿਹੜੇ ਕਿ ਅ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਆ ਕਿਰਨਾ ਹੁੰਦੇ ਨੇ ਵੀ ਕਿਰਨਾ ਹੁੰਦੇ ਨੇ ਉਹਨਾਂ ਦੇ ਸੰਪਰਕ ਦੇ ਵਿੱਚ ਰਹਿੰਦੇ ਨੇ ਕੈਂਸਰ ਜਿਹੜੀ ਕਿ ਬਿਮਾਰੀ ਦੀ ਇਹ ਸੁਭਾਵਨਾ ਕਿੱਥੇ ਹੁੰਦੀ ਆ ਕੋਇਲੇ ਜਾਂ ਤਾਤੂ ਦੀਆਂ ਫੈਕਟਰੀਆਂ ਵਿੱਚ ਕੋਇਲੇ ਜਾਂ ਤਾਤੂ ਦੀਆਂ ਫੈਕਟਰੀਆਂ ਵਿੱਚ ਜਿਹੜੇ ਕੰਮ ਕਰਦੇ ਨੇ ਉਹਨਾਂ ਨੂੰ ਕੈਂਸਰ ਦੀ ਬਿਮਾਰੀ ਦੀ ਜਿਹੜੀ ਕਿ ਪੋਸਿਬਿਲਟੀ ਹੁੰਦੀ ਆ ਉਹਨਾਂ ਦੇ ਵਿੱਚ ਵੱਧ ਪਾਈ ਜਾਂਦੀਆਂ ਤੇ ਇਹਨਾਂ ਫੈਕਟਰੀਆਂ ਵਿੱਚ ਕੰਮ ਕਰਨ ਨਾਲ ਵਿਅਕਤੀਆਂ ਵਿੱਚ ਜਿਹੜੇ ਕਿ ਚਮੜੀ ਫੇਫੜਿਆਂ ਜਾਂ ਖੂਨ ਦੇ ਨਾਲ ਸੰਬੰਧਿਤ ਜਿਹੜੇ ਕੈਂਸਰ ਆ ਉਹ ਹੋਣ ਦੀ ਪੋਸਿਬਿਲਟੀ ਜ਼ਿਆਦਾ ਹੁੰਦੀ ਆ ਦੇ ਕੋਲੇ ਦੀ ਖਾਨ ਧੂੜ ਕਣ ਫਰਨੈਂਸ ਤੇ ਰਸਾਇਣਿਕ ਤੱਤਾਂ ਨਾਲ ਸੰਬੰਧਿਤ ਜਿਹੜੇ ਕਰਮਚਾਰੀ ਨੇ ਉਹਨਾਂ ਦੇ ਵਿੱਚ ਫੇਫੜਿਆਂ ਨਾਲ ਸੰਬੰਧਿਤ ਬਿਮਾਰੀਆਂ ਜਿਵੇਂ ਕਿ ਦਮਾ ਜਾਂ ਬੋਕਾਈ ਟਾਈਸ ਇਹ ਹੋ ਸਕਦੀਆਂ ਨੇ ਅਗੇ ਹੈ ਮਡਲੇ ਸਹਾਇਤਾ ਇਹ ਆਪਾਂ ਨੇ ਪਹਿਲਾਂ ਵੀ ਚੈਪਟਰ ਚ ਕੀਤਾ ਵੀ ਡਾਕਟਰ ਦੇ ਆਉਣ ਤੋਂ ਪਹਿਲਾਂ ਜਿਹੜੀ ਕਿ ਵਿਅਕਤੀ ਨੂੰ ਸਹਾਇਤਾ ਦਿੱਤੀ ਜਾਂਦੀ ਹੁੰਦੀ ਹੈ ਮਡਲੇ ਸਹਾਇਤਾ ਜਿਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀ ਮੈਡੀਕਲ ਨੋਟਿਸਾਂ ਵੀ ਦੇ ਸਕਦੇ ਆਂ ਅਲੱਗ-ਅਲੱਗ ਤਰ੍ਹਾਂ ਜਿਹੜੇ ਕਿ ਸੱਟਾਂ ਨੂੰ ਰੋਕਣ ਜਾਂ ਮਰੀਜ਼ ਦੇ ਦਰਦ ਨੂੰ ਘਟਾਉਣ ਦੇ ਲਈ ਉਹਦੇ ਸੱਟ ਦੇ ਸਦਮੇ ਵਿੱਚੋਂ ਬਾਹਰ ਕੱਢਣ ਦੇ ਵਿੱਚ ਇਹ ਜਿਹੜੀ ਮਡਰੀ ਸਹਾਇਤਾ ਕੰਮ ਕਰਦੀ ਆ। ਇਹਦਾ ਸੰਕਲਪ ਕੀ ਹੁੰਦਾ ਵੀ ਖੂਨ ਜਿਹੜੇ ਕਿ ਵਗਣ ਤੋਂ ਰੋਕਣਾ, ਸਾਹ ਲੈਣ ਦੇ ਵਿੱਚ ਮਦਦ ਕਰਨਾ ਤੇ ਇਲਾਜ ਕਰਨ ਤੋਂ ਹੁੰਦਾ। ਮਡਰੀ ਸਹਾਇਤਾ ਵਿੱਚ ਇਹ ਯਕੀਨੀ ਬਣਾਇਆ ਜਾਂਦਾ ਕਿ ਮਰੀਜ਼ ਦਾ ਜਿਹੜਾ ਕਿ ਸਾਹ ਉਹਨੂੰ ਖੁੱਲਾ ਆਵੇ, ਉਹਦੇ ਲਈ ਭਾਵਕੀ ਖੁੱਲੀ ਜਗ੍ਹਾ ਹੋਵੇ। ਪੀੜ ਉਹ ਤੇ ਇਕੱਠੀ ਨਾ ਹੋਵੇ ਤਾਂ ਕਿ ਚੰਗੀ ਤਰ੍ਹਾਂ ਸਾਹ ਲੈ ਸਕੇ ਤੇ ਜਦੋਂ ਖੂਨ ਦਾ ਦੌਰਾ ਜਿਹੜਾ ਕਿ ਨਾੜੀ ਗਤੀ ਚਮੜੀ ਦਾ ਰੰਗ ਵੇ ਕਾਬੂ ਹੁਣ ਵਗਣਾ ਇਹ ਸਾਰੇ ਠੀਕ ਹੋਣਾ ਚਾਹੀਦਾ ਤੇ ਕਿੱਤਿਆਂ ਦੇ ਵਿੱਚ ਜਿਵੇਂ ਅਲੱਗ-ਅਲੱਗ ਬਿਮਾਰੀਆਂ ਕਿਹੜੇ-ਕਿਹੜੇ ਪੈਦਾ ਹੁੰਦੇ ਨੇ ਉਹ ਆਪਾਂ ਸ਼ਾਰਟ ਕੁਐਸਚਨ ਤਾਂ ਕਰਾਂਗੇ ਉਸ ਤੋਂ ਪਹਿਲਾਂ ਥੋੜਾ ਬਰੀਫਲੀ ਉਸ ਦੇ ਸਾਰੇ ਇੱਕੋ ਜਗ੍ਹਾ ਤੋਂ ਦੇਖ ਸਕਦੇ ਹੋ ਫਿਰ ਤੁਹਾਨੂੰ ਕਲੀਅਰ ਹੋ ਜਾਣਗੇ ਸਾਰੇ ਸ਼ਾਰਟ ਕੁਐਸਚਨ ਐਂਥਰਾਕੋਸਿਸ ਆਪਾਂ ਨੇ ਦੇਖ ਹੀ ਲਿਆ ਵੀ ਕੋਲੇ ਦੇ ਖਾਣਾ ਵਿੱਚ ਕੰਮ ਕਰਨ ਵਾਲੇ ਵਿਅਕਤੀਆਂ ਦੇ ਵਿੱਚ ਹੁੰਦਾ ਸਿਲਿਕੋਸਿਸ ਇਹ ਜਿਹੜੇ ਕਿ ਫੇਫੜਿਆਂ ਨੂੰ ਲੱਗਦੀ ਹੈ ਬਿਮਾਰੀ ਇਹ ਬਿਮਾਰੀ ਸਿਲਿਕਾ ਦੇ ਛੋਟੇ-ਛੋਟੇ ਕਣ ਜਿਹੜੇ ਕਿ ਸਾਹ ਦੇ ਰਾਹੀਂ ਫੇਫੜਿਆਂ ਵਿੱਚ ਦਖਲ ਹੋ ਜਾਂਦੇ ਨੇ ਤੇ ਜਿਹੜੇ ਇੱਟਾਂ ਦੇ ਭੱਠਾ ਵਿੱਚ ਕੰਮ ਕਰਦੇ ਨੇ ਫਾਉਂਡਰੀ ਦੇ ਵਿੱਚ ਕੰਮ ਕਰਦੇ ਨੇ ਚਿੰਨੀ ਮਿੱਟੀ ਦੇ ਬਰਤਨ ਬਣਾਉਂਦੇ ਉਹਨਾਂ ਵਿਅਕਤੀਆਂ ਵਿੱਚ ਹੁੰਦੀ ਹੈ ਤੇ ਸਾਈਡਰੋਸਿਸ ਸਾਈਡਰੋਸਿਸ ਇਹ ਰੋਗ ਆ ਜਿਹੜੇ ਕਿ ਲੋਹੇ ਦੇ ਉਦਯੋਗ ਵਿੱਚ ਜਿਹੜੇ ਵਿਅਕਤੀ ਕੰਮ ਕਰਦੇ ਨੇ ਉਹਨਾਂ ਦੇ ਵਿੱਚ ਸਾਈਡਰੋਸਿਸ ਹੋ ਜਾਂਦਾ ਇਦੇ ਨਾਲ ਉਹਥੇ ਕੰਮ ਕਰਨ ਵਾਲੇ ਜਿਹੜੇ ਵਿਅਕਤੀ ਨੂੰ ਉਹਨਾਂ ਨੂੰ ਸੰਹ ਦੇ ਲੈਣ ਦੇ ਨਾਲ ਜਿਹੜੇ ਲੋਹੇ ਦੇ ਕੰਨੋ ਫੇਫੜਿਆਂ ਵਿੱਚ ਤੇ ਚਮੜੀ ਵਿੱਚ ਚਲੇ ਜਾਂਦੇ ਨੇ ਤੇ ਉਹਨਾਂ ਨਾਲ ਉਹਨਾਂ ਦਾ ਖੂਨ ਜਿਹੜਾ ਕਿ ਜ਼ਹਿਰੀਲਾ ਹੋ ਜਾਂਦਾ ਤੇ ਸ਼ੀਸ਼ੇ ਦਾ ਜ਼ਹਿਰ ਆਪਣੀ ਕਰੇ ਲਿਆ ਕੈਂਸਰ ਤੇ ਦਮਾ ਵੀ ਹੋ ਗਿਆ ਵਿਸੀਨੋਸਿਸ ਇਹੇ ਬਿਮਾਰੀ ਜਿਹੜੀ ਕਿ ਕੱਪੜੇ ਜਾਂ ਰੂਨ ਦੇ ਜਿਹੜੇ ਕਾਰਖਾਨੇ ਵਿੱਚ ਲੋਕ ਕੰਮ ਕਰਦੇ ਨੇ ਉਹਨਾਂ ਦੇ ਵਿੱਚ ਹੁੰਦੀ ਆ ਤਾਂ ਇਹਦੇ ਵਿੱਚ ਫੇਫੜਿਆਂ ਵਿੱਚ ਕੱਪੜੇ ਜਾਂ ਰੂਨ ਦੇ ਜਿਹੜੇ ਕਿ ਰੇਸ਼ੇ ਉਹ ਦਾਖਲ ਹੋ ਜਾਂਦੇ ਨੇ ਕੰਨ ਖੇਤੀਬਾੜੀ ਨਾਲ ਸੰਬੰਧਿਤ ਵਿਅਕਤੀ ਕੇਵਲ ਵਿਅਕਤੀ ਜਿਹੜੇ ਕਿ ਕਿਸਾਨ ਜਾਂ ਮਜ਼ਦੂਰਾਂ ਨੂੰ ਇਹ ਫਸਲ ਦੀ ਰਹਿਣ ਦਿਖਾਉਣ ਦੇ ਸਮੇਂਟਨ ਦੇ ਲਈ ਕਣਕ ਦੇ ਝਾੜ ਜਾਂ ਝੋਨੇ ਦੀ ਕਟਾਈ ਤੋਂ ਬਾਅਦ ਆ ਜਿਹੜੇ ਕਿ ਬਚੀ ਪਰਾਲੀ ਨੂੰ ਅ ਅੱਗ ਲਗਾਉਣ ਦੇ ਨਾਲ ਧੂੰਏ ਦੇ ਨਾਲ ਕਈ ਜਿਹੜੇ ਕਿ ਸਾਹ ਦੀਆਂ ਬਿਮਾਰੀਆਂ ਪੈਦਾ ਹੋ ਜਾਂਦੀਆਂ ਨੇ ਅ ਸਮਰੱਥਾ ਨੂੰ ਰੋਕਣ ਲਈ ਸਿਧਾਂਤ ਕਿਹੜੇ-ਕਿਹੜੇ ਨੇ ਨਿਯਮਿਤ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਆ ਵਾਧੂ ਕੰਮ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਰਮਚਾਰੀਆਂ ਦੀ ਸਿਹਤ ਦਾ ਟਾਈਮ-ਟਾਈਮ ਤੇ ਨਿਰੀਖਣ ਕਰਾਉਣਾ ਚਾਹੀਦਾ ਮੋਢ ਲਈ ਸਹਾਇਤਾ ਦੇਣੀ ਚਾਹੀਦੀ ਹੈ ਸਾਫ ਸੁਥਰਾ ਵਾਤਾਵਰਨ ਹੋਣਾ ਚਾਹੀਦਾ ਸੁਰੱਖਿਆ ਜਿਹੜੇ ਸਮਾਨਯੋਗ ਵਧਿਆ ਹੋਣਾ ਚਾਹੀਦੇ ਨੇ ਜਾਗਰੂਕਤ ਕੈਂਪ ਲਗਾਉਣੇ ਚਾਹੀਦੇ ਨੇ ਨਸ਼ਿਆਂ ਦੀ ਰੋਕਥਾਮ ਹੋਣੀ ਚਾਹੀਦੀ ਹੈ ਅਗਲਾ ਆਪਣਾ ਕੁਐਸਚਨ ਹੈ ਰੈੱਡ ਕਰਾਸ ਸੁਸਾਇਟੀ ਕੀ ਹੈ ਤਾਂ ਇਹ ਸੰਸਥਾ 1920 ਦੇ ਵਿੱਚ ਸਥਾਪਿਤ ਕੀਤੀ ਗਈ ਸੀ ਇਹਦੀਆਂ ਜਿਹੜੇ ਕਿ 400 ਤੋਂ ਵੀ ਵੱਧ ਸ਼ਖਾਵਾਂ ਨੇ ਜੋਂਨ ਕੀਤਾ ਪੱਧਰ ਤੇ ਜਿਹੜੇ ਕਿ ਕੰਮ ਕਰ ਰਹੀਆਂ ਨੇ ਤੇ ਇਹ ਸੰਸਥਾ ਸਿਹਤ ਸੁਧਾਰ ਅਤੇ ਬਿਮਾਰੀਆਂ ਤੋਂ ਜਿਹੜੇ ਕਿ ਬਚਾਉਣ ਦਾ ਕੰਮ ਕਰਦੀ ਹੈ ਰੈੱਡ ਕਰਾਸ ਸੁਸਾਇਟੀ ਤੇ ਇਹ ਸੰਸਥਾ ਜਿਹੜੀ ਕਿ ਕੁਦਰਤੀ ਆਫਤਾਂ ਜਿਵੇਂ ਲੋਕਾਂ ਦੀ ਮਦਦ ਦੇ ਲਈ ਵੀ ਉਪਰਾਲੇ ਕਰਦੀ ਹੈ ਤੇ ਜ਼ਖਮੀ ਤੇ ਜਿਹੜੇ ਬਿਮਾਰ ਸੈਨਿਕ ਨੇ ਉਹਨਾਂ ਨੂੰ ਹਸਪੀਟਲ ਦੇ ਵਿੱਚ ਚਲਾ ਲੈ ਕੇ ਜਾਣ ਦੇ ਵਿੱਚ ਇਹ ਕੰਮ ਕਰਦੀ ਹੈ ਰੈੱਡ ਕਰਾਸ ਹੋਮਸ ਜਿਹੜੇ ਕਿ ਬਣੇ ਹੋਏ ਨੇ ਉਹਨਾਂ ਦੇ ਨਾਲ ਜਾਣੇ ਜਾਂਦੇ ਨੇ ਇਹਨਾਂ ਦੇ ਤੇ ਇਹ ਸੰਸਥਾ ਅੰਗਹੀਨ ਬੱਚੇ ਜਿਹੜੇ ਫੌਜੀ ਅਤੇ ਗਰਭਵਤੀ ਔਰਤਾਂ ਨੂੰ ਸੰਭਾਲ ਕਰਨ ਦੇ ਵਿੱਚ ਮਦਦ ਕਰਦੀ ਆ ਤੇ ਭਾਰਤ ਦੇ ਵਿੱਚ 400 ਤੋਂ ਵੱਧ ਰੈੱਡ ਕਰਾਸ ਸੁਸਾਇਟੀਆਂ ਨੇ ਸ਼ਖਾਵਾਂ ਨੇ ਕਿੰਨੇ ਤੋਂ 400 ਤੋਂ ਵੱਧ ਮੁੱਢਵ ਸੇਵੇ ਵਾਲਾ ਆਪਾਂ ਕੁਐਸਚਨ ਹੁਣ ਲੌਂਗ ਹੀ ਕਰਾਂਗੇ ਉਹਦੇ ਵਿੱਚ ਕਲੀਅਰ ਹੋ ਜਾਊਗਾ ਇਨਾ ਕੁਐਸ਼ਨਾਂ ਤੋਂ ਬਾਅਦ ਸਟੂਡੈਂਟਸ ਆਪਾਂ ਕਰਾਂਗੇ ਜਿਹੜੇ ਕਿ 1 ਮਾਰਕਸ ਵਾਲੇ ਹੋਰ ਜਿੰਨੇ ਵੀ ਇੰਪੋਰਟੈਂਟ ਬੰਦੇ ਨੇ ਐਮਸੀਕਿਊਜ਼ ਵਗੈਰਾ ਮੁਰਵ ਸੇਵਾ ਤੋਂ ਕੀ ਭਾਵ ਆ ਠੀਕ ਹੈ ਇਹਦੀ ਪਰਿਭਾਸ਼ਾ ਤਾਂ ਮੁਰਵ ਸੇਵਾ ਜਿਹੜੇ ਕਿ ਇਹ ਸ਼ਬਦ ਹੈ ਰੀ ਹੈਬਿਲੀਟੇਸ਼ਨ ਰੀ ਹੈਬਿਲੀਟੇਸ਼ਨ ਤੋਂ ਲਿਆ ਗਿਆ ਸ਼ਬਦ ਹੈਬਿਟੋ ਤੋਂ ਲਿਆ ਗਿਆ ਜਿਹਦਾ ਅਰਥ ਅਰਥ ਹੁੰਦਾ ਸਮਰੱਥਤਾ ਭਾਵ ਕਿ ਪੁਨਰ ਵਿਸਥਾਪਨ ਦਾ ਅਰਥ ਹੁੰਦਾ ਮੁੜ ਕਬਜ਼ਾ ਕਰਨਾ ਦੂਜੇ ਸ਼ਬਦ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਇਹ ਪਹਿਲੀ ਤੰਦਰੁਸਤੀ ਨੂੰ ਪ੍ਰਾਪਤ ਕਰਨਾ ਜਾਂ ਰਾਜੀ ਹੋਣਾ ਜਾਂ ਟਿਕ ਜਾਣਾ ਉਹ ਹੁੰਦੀ ਆ ਪੁਨਰ ਵਿਸਥਾਪਨ ਪਾਪ ਦੀ ਦੋ ਆਪਣੇ ਜੋ ਅਬਿਲਟੀਸ ਨੂੰ ਦੁਬਾਰਾ ਤੋਂ ਆਪਾਂ ਸਟੇਬਲ ਕਰਨਾ ਤੇ WHO ਦੇ ਅਨੁਸਾਰ ਹੈ ਜਿਹੜੇ ਕਿ ਪੁਨਰ ਸਥਾਪਨਾ ਅਸਮਰੱਥ ਵਿਅਕਤੀ ਵਿੱਚ ਕੰਮ ਕਰਨ ਦੀ ਉਚਿਤਮ ਯੋਗਤਾ ਪੈਦਾ ਕਰਨ ਦੇ ਉਦੇਸ਼ ਦੇ ਨਾਲ ਹੈ ਜਿਹੜੇ ਕਿ ਇਹ ਡਾਕਟਰੀ ਜਾਂ ਸਮਾਜਿਕ ਵਿਦਿਅਕ ਕਿਤਾਕਾਰੀ ਟੰਗਾਂ ਦੀ ਸਮੂਚੀ ਜਿਹੜੀ ਕਿ ਸੰਯੁਕਤ ਵਰਤੋਂ ਹੁੰਦੀ ਹੈ ਉਉ ਜਿਵੇਂ ਐਗਜ਼ਾਮਪਲ ਹੈ ਕਿ ਕਿਸੇ ਵਿਅਕਤੀ ਨੂੰ ਸੱਟ ਲੱਗਣ ਦੇ ਨਾਲ ਸਰੀਰਕ ਤੰਦਰੁਸਤੀ ਉਹ ਗਵਾ ਬੈਠਦਾ ਤਾਂ ਸਰੀਰਕ ਤੰਦਰੁਸਤੀ ਵਾਪਸ ਕਰਨ ਦੇ ਲਈ ਉਹਨੂੰ ਕੰਮ ਪੁਨਰ ਵਿਸਥਾਪਨ ਜਿਹੜਾ ਕਿ ਅਖਵਾਉਂਦਾ ਹੈ ਭਾਵ ਕਿ ਉਹਦੇ ਲੀਬ ਨੂੰ ਦੁਆਰਾ ਤੰਦਰੁਸਤੀ ਪ੍ਰਾਪਤ ਕਰਨ ਲਈ ਜੋ ਕੰਮ ਕਰਦਾ ਹੋ ਤੇ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਸਮਰੱਥ ਵਿਅਕਤੀ ਹੁੰਦੇ ਸੀ ਉਹਨਾਂ ਨੂੰ ਸਮਾਜ ਦੇ ਵਿੱਚ ਅਲੱਗ ਤੋਂ ਭਾਵ ਕਿ ਅਣਗੌਲੇ ਛੱਡ ਦਿੰਦਾ ਸੀ ਉਹਨਾਂ ਨੂੰ ਇਗਨੋਰ ਕੀਤਾ ਜਾਂਦਾ ਸੀ ਬਟ ਅੱਜ ਕੱਲ ਦੇ ਸਮੇਂ ਦੇ ਵਿੱਚ ਉਹਨਾਂ ਨੂੰ ਸਮਾਜਿਕ ਸੰਬੰਧਾਂ ਦੇ ਵਿੱਚ ਸਹੀ ਢੰਗ ਨਾਲ ਵਿਚਰਨ ਦੇ ਲਈ ਕਾਫੀ ਜ਼ਿਆਦਾ ਜਿਹੜੇ ਕਿ ਪੁਨਰਵਸਥਾਵਾਂ ਦੇ ਦੇ ਰਾਹੀ ਜਿਹੜੇ ਕਿ ਉਹਨਾਂ ਨੂੰ ਦੁਆਰਾ ਤੋਂ ਉਹਨਾਂ ਦੇ ਸਮਾਜਿਕ ਜਿਹੜੇ ਕਿ ਘੇਰੇ ਨੂੰ ਉਹਨਾਂ ਦੇ ਵਿੱਚ ਲਿਆਂਦਾ ਜਾਂਦਾ ਤੇ ਜਿਵੇਂ ਅਪਾਹਜਾਂ ਨੂੰ ਉਹਨਾਂ ਦੇ ਕੀਤਾਕਾਰੀ ਕੰਮ ਸਿਖਲਾਈ ਦਿੱਤੇ ਜਾਂਦੇ ਨੇ ਤਾਂ ਕਿ ਉਹ ਆਪਣਾ ਵਧੀਆ ਜੀਵਨ ਬਤੀਤ ਕਰ ਸਕਣ ਤੇ ਇਹਦਾ ਖੇਤਰ ਦੇ ਵਿੱਚ ਇਹਦੇ ਖੇਤਰ ਨੂੰ ਡਾਕਟਰ ਪੁਨਰਵਿਸਥਾਪਨ ਠੀਕ ਹੈ ਡਾਕਟਰ ਹੁੰਦੇ ਨੇ ਜਿਹੜੇ ਕੀਤਾ ਕਰਨ ਪੁਨਰਵਿਸਥਾਪਨ ਈਜ਼ੀ ਇਹਨੂੰ ਤੁਸੀਂ ਪੜ੍ਹ ਸਕਦੇ ਹੋ ਇਹ ਨਾਲ ਐਗਜ਼ਾਮਪਲਾਂ ਵੀ ਦਿੱਤੀਆਂ ਹੋਈਆਂ ਨੇ ਸਮਾਜਿਕ ਪੁਨਰਵਿਸਥਾਪਨ ਤੇ ਮਨੋਵਿਗਿਆਨਿਕ ਪੁਨਰਵਿਸਥਾਪਨ ਅੱਗੇ ਮੂੜਵ ਸੇਵੇ ਦੇ ਵਿੱਚ ਜਿਹੜੇ ਯੋਗਦਾਨ ਵਾਲੀਆਂ ਸੰਸਥਾਵਾਂ ਨੇ ਜਿਵੇਂ ਪੰਜ ਅੰਕਾਂ ਵਾਲੇ ਵਿੱਚ ਨੇ ਪੰਜ ਅੰਕਾਂ ਵਾਲੇ ਵਿੱਚ ਤੁਸੀਂ ਕੋਈ 6 ਪੁਆਇੰਟ ਐਨ ਕਰ ਸਕਦੇ ਹੋ ਜਿਵੇਂ ਰੈੱਡ ਕਰਾਸ ਸੋਸਾਇਟੀ ਕਰ ਸਕਦੇ ਕਿਉਂਕਿ ਇਹ ਤੁਹਾਨੂੰ ਫਿਰ ਸ਼ਾਰਟ ਜਿਹੜੇ 3 ਮਾਰਕਸ ਵਾਲਾ ਕੁਐਸਚਨ ਆ ਉਹਦੇ ਵਿੱਚ ਵੀ ਤੁਹਾਡਾ ਕਵਰ ਹੋ ਜਾਊਗਾ ਇਹ ਤੇ ਸਰ ਭਾਰਤੀ ਅੰਧ ਸਹਾਇਤਾ ਸੰਗ ਇਹਨੂੰ ਵੀ ਤੁਸੀਂ ਕਰ ਲੈਣਾ ਹਿੰਦ ਕੁਸ਼ਟ ਨਿਵਾਰਣ ਇੱਕ ਵਾਰ ਤੁਸੀਂ ਰੀਡ ਸਾਰੇ ਕਰ ਲਓ ਕਿਉਂਕਿ ਇਹਨਾਂ ਦੇ ਵਿੱਚ ਸ਼ਾਰਟ ਕੁਐਸਚਨਸ ਨਿਕਲ ਜਾਂਦੇ ਨੇ ਵੈਸੇ ਤੁਸੀਂ ਫਿਰ 5 ਮਾਰਕਸ ਵਾਲੇ ਦੇ ਲਈ 6 ਪੁਆਇੰਟ ਕਰ ਸਕਦੇ ਹੋ ਭਾਰਤ ਸੇਵਕ ਸੰਘ ਨੈਸ਼ਨਲ ਸੈਂਟਰ ਫॉर ਡੈਫ 올 ਇੰਡੀਆ ਔਮਨ ਔਮਨਸ ਕਾਨਫਰੰਸ ਕਸਤੂਰਬਾ ગાંધી ਯਾਦਗਾਰੀ ਟਰਸਟ ਅੰਨਲ ਉਦਯੋਗਿਕ ਘਰ ਆਸ਼ਾਨ ਕੇਤਨ ਰੀਹੈਬਿਲੀਟੇਸ਼ਨ ਸੈਂਟਰ ਬਨਾਰਤੀ ਅੰਗਧਿਆਰ ਕਰਨ ਵਾਲੀ ਸੰਸਥਾ ਕਿ ਇਹਨਾਂ ਸਾਰਿਆਂ ਦੇ ਵਿੱਚ ਸ਼ਾਰਟ ਕੁਐਸਚਨ ਸਾਰੇ ਕਲੀਅਰ ਹੋਣਗੇ ਹੁਣ ਹੀ ਆਪਾਂ ਸ਼ਾਰਟ ਕੁਐਸਚਨ ਕਰਾਂਗੇ ਤੁਸੀਂ ਦੇਖਿਓ ਲੋਂਗੇ ਵੀ ਕਿਵੇਂ ਦੇਖੋ ਸ਼ਾਰਟ ਕੁਐਸਚਨ ਲੌਂਗ ਚੋਂ ਨਿਕਲਦੇ ਨੇ ਮੰਦਬੂਧੀ ਬੱਚਿਆਂ ਲਈ ਕੰਮ ਕੰਮ ਜਾਣੀ ਸਕੂਲ ਪੁਨਰਵਸਥਾਪਨ ਦੀ ਕੀ ਭੂਮਿਕਾ ਤਾਂ ਫਸਟ ਆਪਣਾ ਕੁਐਸਚਨ ਐਮਸੀਕਿਊਸ ਅਸਮਰੱਥਾ ਪੈਦਾ ਹੋਣ ਦੇ ਕੀ ਕਾਰਨ ਨੇ ਤਾਂ ਬਿਮਾਰੀ ਦੇ ਕਾਰਨ ਦੁਰਘਟਨਾਵਾਂ ਦੇ ਕਾਰਨ ਅਸੰਤੁਲਿਤ ਹੋ ਜਾਂਦੇ ਕਾਰਨ ਤਾਂ ਇਹ ਅਨਸਰ ਆਜੂਗਾ ਸਾਰੇ ਅਗਲਾ ਆਪਣਾ ਕੁਐਸਚਨ ਹੈ ਜੋ ਲੋਕ ਇੱਟਾਂ ਪੱਠਿਆਂ फाउंड्री ਤੇ ਚਿੰਨੀ ਮਿੱਟੀ ਦੇ ਬਰਤਨਾ ਵਿੱਚ ਬਣਾਉਣ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਨੂੰ ਕਿਹੜੀ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਤਾਂ ਉਹ ਸਿਲਿਕੋਸਿਸ ਸਿਲਿਕੋਸਿਸ ਅਗਲਾ ਆਪਣਾ ਕੁਐਸਚਨ ਹੈ ਇਹ ਰੋਗ ਲੋਹੇ ਦੇ ਉਦਯੋਗਾਂ ਵਿੱਚ ਕੰਮ ਕਰਨ ਵਾਲੇ ਕਾਮਿਆਂ ਦੇ ਵਿੱਚ ਹੁੰਦਾ ਤਾਂ ਉਹ ਕਿਹੜਾ ਹੁੰਦਾ ਸਾਈਂਡਰੋਸਿਸ ਸਾਈਂਡਰੋਸਿਸ ਤਾਂ ਉਹ ਥਰਡ ਆਜੂਗਾ ਆਪਣਾ ਥਰਡ ਅਨਸਰ ਉੜਾ ਸਾਈਂਡਰੋਸਿਸ ਅਗਲਾ ਹੈ ਕੱਪੜਾ ਜਾਂ ਰੂਂਗ ਦੇ ਕਾਰਖਾਨੇ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਕਿਹੜਾ ਰੋਗ ਹੋ ਜਾਂਦਾ ਤਾਂ ਉਹ ਹੋ ਜਾਂਦਾ ਐਂਥਰੋਕੋਸਿਸ ਐਂਥਰੋਕੋਸਿਸ ਅੱਗੇ ਕੁਸ਼ਣ ਹੈ ਕਿੱਤੇ ਵਿੱਚ ਹੋਣ ਵਾਲੀਆਂ ਸਮਰੱਥਵਾਵਾਂ ਕਿਹੜੇ-ਕਿਹੜੀਆਂ ਨੇ ਤਾਂ ਦਮਾ ਕੈਂਸਰ ਐਂਥਰੋਕੋਸਿਸ ਇਹ ਆਜੂਗਾ ਉਪਰੋਕਤ ਸਾਰੇ ਭਾਰਤੀ ਮੂਡ ਬਿ સેવા ਕੌਨਸਾ ਦੇ ਅਨਸਾਰ ਅੰਗ ਹੀ ਇਹਨਾਂ ਨੂੰ ਕਿਹੜੀਆਂ ਕਿਸਮਾਂ ਦੇ ਵਿੱਚ ਵੰਡਿਆ ਜਾਂਦਾ ਤਾਂ ਚਾਰ ਅਗਲਾ ਕੁਐਸਚਨ ਹੈ ਐਲ ਐਲ ਮਿਕੋ ਲੋਕਾਂ ਲਈ ਕੀ ਕੰਮ ਕਰਦੀ ਆ ਤਾਂ ਅਸਮਰੱਥ ਲੋਕਾਂ ਨੇ ਜਿਹੜੇ ਕਿ ਨਕਲੀ ਹੱਥ ਪੈਰ ਬਣਾਉਂਦੀ ਹੈ ਇਹ ਸੰਸਥਾ ਅਸਮਰੱਥ ਡਿਸੇਬਿਲਟੀ ਜਿਹੜੇ ਲੋਕ ਨੇ ਉਹਨਾਂ ਦੇ ਲਈ ਨਕਲੀ ਹੱਥ ਪੈਰ ਬਣਾਉਂਦੀ ਹੈ ਇਹ ਸੰਸਥਾ ਐਲ ਮਿਕੋ ਅਗਿਆ ਰੈੱਡ ਕਰਾਸ ਸੁਸਾਇਟੀ ਦੀ ਸਥਾਪਨਾ ਕਦੋਂ ਹੋਈ ਤਾਂ 1920 ਦੇ ਵਿੱਚ ਨੈਕਸਟ ਹੈ ਉਸਮਰੱਥਾ ਦੇ ਕਿੰਨੇ ਕਿਸਮ ਹਨ ਦੋ ਨੇ ਕਿਰਿਆਤਮਕ ਉਸਮਰੱਥਾ ਤੇ ਸਰੰਚਨਾਤਮਕ ਉਸਮਰੱਥਾ WHO ਦਾ ਪੂਰਾ ਨਾਮ World Health Organization ਵਿਸ਼ਵ ਸਿਹਤ ਸੰਗਠਨ ਮਾਡਵ ਸੇਵਾ ਵਿੱਚ ਹੈਬਿਟਾਟੋ ਕੀ ਭਾਵਤਾ ਸਮਰੱਥਾ ਮਾਡਵ ਸੇਵਾ ਕਿਸ ਭਾਸ਼ਾ ਤੋਂ ਲਿਆ ਗਿਆ ਸ਼ਬਦ ਜੁਨਾਨੀ ਭਾਸ਼ਾ ਤੋਂ ਵਾਤਾਵਰਨ ਪ੍ਰਦੂਸ਼ਣ ਦੇ ਕਾਰਨ ਹਵਾ ਪ੍ਰਦੂਸ਼ਣ ਸ਼ੋਰ ਪ੍ਰਦੂਸ਼ਣ ਭਾਰਤੀ ਟੀਵੀ ਸੰਘ ਦੀ ਸਥਾਪਨਾ ਕਦੋਂ ਹੋਈ ਆ ਤਾਂ 1939 ਦੇ ਵਿੱਚ ਇਹ ਜਿਹੜੇ ਟੀਵੀ ਦੇ ਰੋਗ ਹੁੰਦੇ ਨੇ ਟੀਵੀ ਦੇ ਉਹਨਾਂ ਲਈ ਹਰ ਸਾਲ ਜਿਹੜੇ ਕਿ ਫੰਡ ਇਕੱਠਾ ਕਰਦੀ ਆ ਆਈਟੀਆਈ ਕੀ ਹੈ ਆਈਟੀਆਈ ਦਿੱਲੀ ਦੇ ਵਿੱਚ ਇੱਕ ਸੰਸਥਾ ਹੈ ਜਿਹੜੇ ਕਿ ਅਸਮਰੱਥ ਵਿਅਕਤੀ ਹੁੰਦੇ ਨੇ ਡਿਸੇਬਿਲਟੀ ਵਾਲੇ ਵਿਅਕਤੀ ਹੁੰਦੇ ਨੇ ਉਹਨਾਂ ਲਈ ਸਹਾਇਕ ਯੰਤਰ ਬਣਾਉਣ ਦੇ ਉਦੇਸ਼ ਦੇ ਨਾਲ ਇਹ ਕਾਫੀ ਖੋਜ ਕਰ ਰਹੀ ਹੈ ਤੇ ਦੋ ਰਸਾਇਣਿਕ ਨਾਮ ਲਿਖਣੇ ਨੇ ਜਿਨ੍ਹਾਂ ਤੋਂ ਅਸਮਰੱਥਾ ਪੈਦਾ ਹੁੰਦੀ ਆ ਉਹ ਰਸਾਇਣਿਕ ਹੈਗੇ ਨੇ ਕਾਰਬਨ ਮੋਨੋਆਕਸਾਈਡ ਸਲਫਰ ਡਾਈਆਕਸਾਈਡ ਅਨਿਆਜ ਯੋਗ ਕਰ ਕਿੱਥੇ ਨੇ ਤਾਂ ਮੁੰਬਈ ਦੇ ਵਿੱਚ ਨੈਸ਼ਨਲ ਸੈਂਟਰ ਫॉर ਡੈਫ ਕਿੱਥੇ ਆ ਹੈਦਰਾਬਾਦ ਦੇ ਵਿੱਚ ਲੋਡੋਸਿਸ ਤੋਂ ਕੀ ਭਾਵ ਹੈ ਤਾਂ ਇਹ ਇਹ ਲੱਕ ਪਾਸੇ ਜਿਹੜੀ ਕਿ ਵਾਧੇ ਦੀ ਅਪੰਗਤਾ ਭਾਵ ਕਿ ਲੱਕ ਵਾਲੀ ਸਾਈਡ ਤੇ ਜਿਹੜਾ ਵਾਧੇ ਦੀ ਉਹਦੀ ਅਪੰਗਤਾ ਹੁੰਦੀ ਹੈ ਇਹ ਤਾਂ ਇਹਦੇ ਵਿੱਚ ਸਰੀਰ ਦੇ ਉੱਪਰਲੇ ਭਾਗ ਦੇ ਵਿੱਚ ਜਿਹੜੀ ਕਿ ਝੁਕਾਅ ਆ ਜਾਂਦਾ ਤੇ ਸਕੋਲੀਸਿਸ ਇਹ ਹੈ ਪੰਗ ਦਾ ਰੀਡ ਦੀ ਹੱਡੀ ਦੇ ਵਿੱਚ ਇੱਕ ਪਾਸੇ ਨੂੰ ਟੇਢੀ ਹੋ ਜਾਂਦੀ ਹੈ ਤੇ ਕਾਮਜਾਨੀ ਸਕੂਲ ਦੇ ਕਿਹੜੇ ਸ਼ਹਿਰ ਦੇ ਵਿੱਚ ਸਥਿਤਤਾ ਪੂਨਾ ਦੇ ਵਿੱਚ ਤੇ ਨਕਲੀ ਅੰਗਾਂ ਨੂੰ ਬਣਾਉਣ ਲਈ ਕਾਰਪੋਰੇਸ਼ਨ ਨੂੰ ਕਿੱਥੇ ਬਣਾਇਆ ਗਿਆ ਕਾਨਪੂਰ ਦੇ ਵਿੱਚ ਕਿਸ ਸਾਲ ਵਿੱਚ ਕਾਮਜਾਨੀ ਸਕੂਲ ਦੀ ਸਥਾਪਨਾ ਕੀਤੀ 1964 ਦੇ ਵਿੱਚ ਖਾਲਿਸਤਾਨ ਡੈਸ਼ ਅੰਗਹੀਨ ਲੋਕਾਂ ਦੇ ਲਈ ਨਕਲੀ ਅੰਗ ਬਣਾਉਣ ਵਾਲੀ ਸੰਸਥਾ ਤਾਂ ਐਲਜੀਕੋ ਕਈ ਵਾਰ ਮਨੁੱਖ ਡੈਸ਼ ਦੀ ਕਮੀ ਕਰਕੇ ਇਸ ਅਮਰੱਥਾ ਨਸ਼ਕਾਰ ਹੋ ਜਾਂਦਾ ਜਾਗਰੂਕਤਾ ਡੈਸ਼ ਬਿਮਾਰੀ ਸਿਲਿਕਾ ਦੇ ਛੋਟੇ ਛੋਟੇ ਕਣਾਂ ਦੇ ਵਿੱਚ ਸਾਹ ਦੁਆਰਾ ਫੇਫੜਿਆਂ ਵਿੱਚ ਦਾਖਲ ਹੋਣ ਨਾਲ ਹੁੰਦੀ ਆ ਸਿਲਿਕੋਸਿਸ ਪੁਨਰ ਸਥਾਪਨ ਦੇ ਖੇਤਰ ਵਿੱਚ ਕਿਹੜੀ ਸੰਸਥਾ ਕੰਮ ਕਰ ਰਹੀ ਹੈ WHO ਤੇ ਡੈਸ਼ ਦੇ ਕਿਤੇ ਨਾਲ ਅੰਨੇਪਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ ਵੈਲਡਿੰਗ ਵੈਲਡਿੰਗ ਦੇ ਨਾਲ ਅੰਨੇਪਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ ਅਸਮਰੱਥਾ ਤੋਂ ਭਾਵ ਕਿਸੇ ਪ੍ਰਕਾਰ ਦੇ ਡੈਸ਼ ਨੂੰ ਕਰਨ ਦੇ ਕਰਨ ਦੇ ਅਜੋਗ ਹੋ ਜਾਣਾ ਕੰਮ ਇੰਡੀਅਨ ਰੈੱਡ ਕਰਾਸ ਸੁਸਾਇਟੀ ਦੇ ਕਿੰਨੀਆਂ ਸ਼ਖਾਵਾਂ ਕਿੰਨੀਆਂ ਤੋਂ ਵੱਧ ਸ਼ਖਾਵਾਂ ਨੇ 400 ਤੋਂ ਥੈਂਕਸ